ਲਓ ਜੀ ਦੇਖੋ, ਬਹੁਤ ਸਾਰੇ ਰੰਗ ਆ ਸਿੱਖੀ ਦੇ, ਅਤੇ ਸਿੱਖੀ ਆ ਜਿਹੜੀ ਕਹਿ ਸਕਦੇ ਹਾਂ ਨਾ ਵੀ ਇੱਕ ਚੀਜ਼ ਨਾਲ ਨਹੀਂ ਬਣ ਸਕਦੀ, ਇੱਕ ਗੁਲਦਸਤਾ, ਇੱਕ ਫੁੱਲਾਂ ਦਾ ਗੁਲਦਸਤਾ, ਇਕੱਲੀ ਇਕੱਲੀ ਪੱਤੀ ਦਾ ਵੱਖਰਾ ਰੰਗ ਆ। ਸਿੱਖੀ ਦੇ ਵਿੱਚ ਜਿੱਥੇ ਰੂਪ ਦੀ ਲੋੜ ਆ, ਜਿੱਥੇ ਸਰੂਪ ਦੀ ਲੋੜ ਆ, ਜਿੱਥੇ ਬਾਣੀ ਦੀ ਲੋੜ ਆ, ਜਿੱਥੇ ਬਾਣੇ ਦੀ ਲੋੜ ਆ, ਹਰ ਚੀਜ਼ ਦੀ ਲੋੜ ਆ। ਅਤੇ ਸਾਡੇ ਇਹ ਸਾਨੂੰ ਬੜੀ ਖੁਸ਼ੀ ਆ ਵੀ ਵੱਖਰੀ ਵੱਖਰੀਆਂ ਸਾਡੀਆਂ ਡਿਊਟੀਆਂ ਲੱਗੀਆਂ, ਸਾਡੇ ਨੌਜਵਾਨਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ ਆਪੋ ਆਪਣੀਆਂ ਡਿਊਟੀਆਂ ਲੱਗੀਆਂ। ਜਿੱਥੇ ਸਾਡੇ ਬਜ਼ੁਰਗ ਉਹ ਸਾਨੂੰ ਰਾਹ ਦਸੇਰਾ ਬਣੇ ਹੋਏ ਆ, ਉੱਥੇ ਸਾਡੇ ਨੌਜਵਾਨ ਇਹਨਾਂ 'ਚ ਕੰਮ ਕਰ ਰਹੇ ਆ। ਹੁਣ ਸਿੱਖੀ ਦੇ ਵਿੱਚ ਦਸਤਾਰ ਦੀ ਜਿਹੜੀ ਅਹਿਮੀਅਤ ਆ, ਤਾਂ ਸਪੈਸ਼ਲ ਆਸਟ੍ਰੇਲੀਅਨ ਟਰਬਨ ਦੇ ਜਿਹੜਾ ਇੱਕ ਅਦਾਰਾ ਚਲਾਇਆ ਜਾ ਰਿਹਾ ਬਾਈ ਕੁਲਵਿੰਦਰ ਸਿੰਘ ਜਗਰਾਓਂ ਸਾਡੇ ਨਾਲ ਆ। ਸੋ ਬਾਈ ਜੀ, ਬਹੁਤ ਮਿਹਰਬਾਨੀ, ਤੁਸੀਂ ਐਡਾ ਵਧੀਆ ਇੱਕ ਨੌਜਵਾਨਾਂ ਨੂੰ ਉਪਰਾਲਾ ਕੀਤਾ ਹੋਇਆ। ਕਿਤੇ ਵੀ ਅਸੀਂ ਮੇਲੇ ਮਸੱਬਿਆਂ 'ਤੇ ਜਾਂਦੇ ਹਾਂ ਤਾਂ ਤੁਸੀਂ ਦਸਤਾਰਾਂ ਸਜਾਉਣੀਆਂ ਸਿਖਾਉਂਦੇ ਹੋ, ਤਾਂ ਇਹ ਵੀ ਇੱਕ ਸਿੱਖੀ ਦੀ ਸੇਵਾ ਨਿਭਾ ਰਹੇ। ਇਹਨਾਂ ਨਾਲ ਥੋੜ੍ਹੀ ਜਿਹੀ ਗੱਲ 'ਤੇ ਫਿਰ ਆਪਾਂ ਉਦੋਂ ਅਗਲਾ ਰੰਗ ਇੰਟਰੋਡਿਊਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਦੂਰੋਂ ਚੱਲ ਕੇ ਐਡਲੇਡ ਤੋਂ, ਮੈਲਬੋਰਨ ਤੋਂ ਚੱਲ ਕੇ ਆਏ ਹੋ ਤੁਸੀਂ ਸਾਰੀ ਕਵਰੇਜ ਕਰਨ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤਕਰੀਬਨ 30 ਸਾਲ ਤੋਂ ਇੱਥੇ ਰਹਿ ਰਿਹਾ ਵਾਂ, ਅਤੇ ਮੈਂ ਸਾਰਾ ਅੱਖੀਂ ਆਪਦੇ ਵੇਖਿਆ। ਪਹਿਲਾਂ ਛੋਟਾ ਜਿਹਾ ਸਥਾਨ ਹੁੰਦਾ ਸੀ, ਇੱਕ ਕਮਰਾ ਜਿੱਦਾਂ ਦੱਸਿਆ ਪਹਿਲਾਂ ਅੰਕਲ ਹੋਣਾਂ ਨੇ, ਉੱਥੇ ਤਕਰੀਬਨ 40-50 ਕੁ ਦੇ ਕਰੀਬ ਸੰਗਤ ਜੁੜਦੀ ਹੁੰਦੀ ਸੀ ਹਫ਼ਤੇ 'ਚ ਇੱਕ ਦੋ ਦਿਨ, ਸੈਟਰਡੇ ਸੰਡੇ, ਸੰਡੇ ਜ਼ਿਆਦਾ। ਅਤੇ ਬੜਾ ਮਨ 'ਚ ਹੁੰਦਾ ਸੀ ਕਿ ਸੁਣਦੇ ਹੁੰਦੇ ਸੀ ਕਿ ਕੈਨੇਡਾ ਅਮਰੀਕਾ 'ਚ ਬਹੁਤ ਸੰਗਤਾਂ, ਬਹੁਤ ਭਾਈਚਾਰਾ ਸਾਡਾ, ਅਤੇ ਉਹ ਗੁਰੂ ਪਾਤਸ਼ਾਹ ਨੇ ਸਾਡੀਆਂ ਅਰਦਾਸਾਂ ਸੁਣੀਆਂ। ਅੱਜ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇੱਥੇ ਰੋਜ਼ ਆਉਂਦੀਆਂ ਨੇ। ਤੁਸੀਂ ਵੇਖਿਆ ਸਾਰਾ ਦਿਨ ਲੰਗਰ ਚੱਲਦਾ, ਸੰਗਤ ਆਈ ਜਾਂਦੀ ਹੈ, ਬੜਾ ਮਨ ਖੁਸ਼ ਹੁੰਦਾ। ਅਤੇ ਬੜੀ ਗੁਰੂ ਸਾਹਿਬ ਦੀ ਕਿਰਪਾ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜੋ ਬਹੁਤ ਵਧੀਆ ਪ੍ਰਬੰਧਕ ਕਮੇਟੀ, ਬੜੀਆ ਵਧੀਆ ਤਰੀਕੇ ਨਾਲ ਪ੍ਰਬੰਧ ਚਲਾ ਰਹੇ ਆ। ਅਤੇ ਜਿਵੇਂ ਤੁਸੀਂ ਵੇਖਿਆ, ਇਹਨਾਂ ਨੇ ਦੱਸਿਆ ਕਿ ਪ੍ਰਚਾਰਕ, ਚੋਟੀ ਦੇ ਪ੍ਰਚਾਰਕ ਇੱਥੇ ਆਉਂਦੇ ਨੇ, ਅਤੇ ਹਰ ਤਰ੍ਹਾਂ ਦੀ ਕਲਾਸ ਲੱਗਦੀ ਆ। ਹੁਣ ਥੋੜ੍ਹੀ ਦੇਰ ਬਾਅਦ ਇੱਥੇ ਮਿਊਜ਼ਿਕ ਦੀ ਕਲਾਸ ਲੱਗੇਗੀ, ਗੁਰਮਤ ਦੀਆਂ ਕਲਾਸਾਂ ਲੱਗਦੀਆਂ, ਅਤੇ ਇਸੇ ਤਰ੍ਹਾਂ ਹੀ ਜਿੱਦਾਂ ਆਪ ਜੀ ਨੂੰ ਪਤਾ, ਦਸਤਾਰ ਦਮਾਲਾ ਸਿਖਲਾਈ ਦੇ ਕਲਾਸਾਂ ਅਤੇ ਕੈਂਪ ਵੀ ਗੁਰੂ ਸਾਹਿਬ ਸਾਥੋਂ ਸੇਵਾਵਾਂ ਲੈਂਦੇ ਨੇ, ਅਤੇ ਬੜਾ ਮਨ ਖੁਸ਼ ਹੁੰਦਾ ਸੰਗਤਾਂ ਦਾ, ਠਾਠਾਂ ਮਾਰਦਾ ਇਕੱਠ ਵੇਖ ਕੇ। ਹਰ ਪਾਸੇ ਸਾਨੂੰ ਦਸਤਾਰਾਂ ਨਜ਼ਰ ਆਉਂਦੀਆਂ, ਜਿਹੜੇ ਬੱਚੇ ਜਿਨ੍ਹਾਂ ਨੂੰ ਨਹੀਂ ਦਸਤਾਰਾਂ ਸਜਾਉਣੀਆਂ ਆਉਂਦੀਆਂ ਜਾਂ ਦਮਾਲੇ ਨਹੀਂ ਸਜਾਉਣੇ ਆਉਂਦੇ, ਅਤੇ ਗੁਰੂ ਸਾਹਿਬ ਸਾਥੋਂ ਇਹ ਸੇਵਾਵਾਂ ਲੈਂਦੇ ਨੇ। ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜਿਹੜੀ ਆ, ਉਹ ਜਿਹੜੇ ਜ਼ਰੂਰਤਮੰਦ ਜਿਨ੍ਹਾਂ ਕੋਲ ਦਸਤਾਰਾਂ ਨਹੀਂ, ਉਹ ਇੱਥੋਂ ਪ੍ਰਾਪਤ ਵੀ ਕਰਦੇ ਨੇ। ਸੋ ਜਿਸ ਤਰ੍ਹਾਂ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ, ਅਤੇ ਚੋਟੀ ਦੇ ਪ੍ਰਚਾਰਕ ਇੱਥੇ ਆਉਂਦੇ ਨੇ, ਕਥਾਵਾਚਕ, ਢਾਡੀ, ਕਵੀਸ਼ਰ, ਕੀਰਤਨੀ ਜਥੇ, ਬਹੁਤ ਮਨ ਖੁਸ਼ ਹੁੰਦਾ। ਸੋ ਇਸ ਵਕਤ ਸਾਡੇ ਪਾਸ ਸੁਲਤਾਨਪੁਰ ਲੋਧੀ ਤੋਂ ਗਿਆਨੀ ਗੁਰਦੀਪ ਸਿੰਘ ਦੀਪਕ ਦਾ ਢਾਡੀ ਜੱਥਾ ਪਹੁੰਚਿਆ, ਜੋ ਪਿਛਲੇ ਹਫ਼ਤੇ ਤੋਂ ਇਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਆ ਸਿਡਨੀ ਤੋਂ, ਅਤੇ ਬਾਕੀ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਇਹ ਢਾਡੀ ਜੱਥਾ ਜਿਹੜਾ ਆਪਣੀਆਂ ਸੇਵਾਵਾਂ ਨਿਭਾਉਣਗੇ। ਸੋ ਮੈਂ ਬੇਨਤੀ ਕਰਦਾ ਕਿ ਇਹ ਇੱਕ ਦਸਤਾਰ ਦੇ ਸੰਬੰਧ ਵਿੱਚ ਤੁਹਾਨੂੰ ਹਰਮਿੰਦਰ ਕੰਗ ਵੀਰ ਜੀ, ਸਾਡੇ ਅਮਨਦੀਪ ਸਿੱਧੂ, ਹਰਮਨ ਰੇਡੀਓ ਦੀ ਸਾਰੀ ਟੀਮ, ਜੋ ਕਿ ਆਸਟ੍ਰੇਲੀਆ ਦੇ, ਆਸਟ੍ਰੇਲੀਆ ਕੀ ਐਕਚੁਲੀ ਸਾਰੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਡਾ ਪੰਜਾਬੀਅਤ ਨੂੰ, ਪੰਜਾਬੀ ਸਿੱਖਾਂ ਨੂੰ ਕਵਰੇਜ ਸਾਰੀ ਕਰ ਰਹੇ ਹੋ, ਜਿਹੜੀਆਂ ਗਤੀਵਿਧੀਆਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੀਆਂ, ਆਸਟ੍ਰੇਲੀਆ ਤਾਂ ਤੁਸੀਂ ਕਰਦੇ ਹੀ ਕਰਦੇ। ਸੋ ਆਪ ਸਾਰੀ ਟੀਮ ਦਾ, ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਕੇ ਖਾਸ ਰੂਪ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਢਾਡੀ ਜਥੇ ਦੀਆਂ ਹਾਜ਼ਰੀਆਂ ਆਪ ਜੀ ਕਰੋ ਪ੍ਰਵਾਨ। ਹੇਮਕੁੰਟ ਦੇ ਵਾਸੀ ਪ੍ਰਮਾਤਮਾ ਦਾ ਪੁੱਤਰ ਸਤਿਗੁਰੂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਲਗਤੇ ਜ਼ਿਕਰ, ਮਾਤਾ ਗੁਜਰੀ ਦੇ ਨੂਰੇ ਨਜ਼ਰ, ਪਟਨੇ ਦਾ ਮਾਹੀ ਨੀਲੇ ਦਾ ਸਾਹ ਸਵਾਰ, ਨਾਸਰੋ ਮਨਸੂਰ ਏਜਦੀ ਮਨਸੂਰ, ਬਾਦਸ਼ਾਹ ਦਰਵੇਸ਼, ਭਗਤੀ ਅਤੇ ਸ਼ਕਤੀ ਦੇ ਮਾਲਕ, ਕਥਨੀ ਅਤੇ ਕਰਨੀ ਦੇ ਪੂਰੇ, ਸਰਬੰਸ ਦਾਨੀ ਪੰਥ ਦੇ ਬਾਨੀ, ਅਗਮੜਾ ਮਰਦ ਵਰਿਆਮ, ਅਕੇਲਾ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਓ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਹੁਕਮ ਅਨੁਸਾਰ ਢਾਡੀ ਜਥੇ ਦੀਆਂ ਹਾਜ਼ਰੀਆਂ ਕਰੋ ਪ੍ਰਵਾਨ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗੁਰਦੁਆਰਾ ਗਲੈਨਵੁੱਡ ਅਤੇ ਟਰਬਨ ਅਕੈਡਮੀ ਆਸਟ੍ਰੇਲੀਆ ਦੇ ਸਮੂਹ ਸਤਿਕਾਰਯੋਗ ਨੌਜਵਾਨ ਵੀਰਾਂ ਦੇ ਸਹਿਯੋਗ ਦਾ ਸਦਕਾ ਦਾਸ ਦਾ ਢਾਡੀ ਜਥਾ ਗਿਆਨੀ ਗੁਰਦੀਪ ਸਿੰਘ ਦੀਪਕ, ਜੋ ਪਿਛਲੇ ਦਿਨੀ ਪੰਜਾਬ ਦੀ ਧਰਤੀ ਤੋਂ ਗੁਰਦੁਆਰਾ ਗਲੈਨਵੁੱਡ ਵਿਖੇ ਸਿਡਨੀ ਦੀ ਧਰਤੀ ਦੇ ਅੰਦਰ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ। ਸੋ ਆਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਅੰਦਰ ਆਪ ਦੀ ਸੇਵਾ 'ਚ ਹਾਜ਼ਰੀ ਲਵਾ ਰਹੇ ਹਾਂ ਗੁਰਦੁਆਰਾ ਸਾਹਿਬਾਨ ਵਿਖੇ। ਸੋ ਇੱਕ ਵਾਰ ਜੋ ਕਿ ਚੁੰਨੀ ਅਤੇ ਦਸਤਾਰ ਦੀ ਮਹਾਨਤਾ ਦੇ ਉੱਤੇ ਹੁਕਮ ਹੋਇਆ ਹੈ, ਕਿਸੇ ਪੰਜਾਬੀ ਦੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਸਦੀਆਂ ਤੋਂ ਰੜਕਦੀ ਰਹੀਏ ਅੱਖ 'ਚ ਬੇਗਾਨਿਆਂ ਦੇ, ਹੁੰਦੇ ਨੇ ਹਮੇਸ਼ਾ ਰਹੇ ਵਾਰ ਦਸਤਾਰ ਤੇ, ਸਿੰਘਾਂ ਦੇ ਸਿਰਾਂ ਤੋਂ ਲਾਉਣਾ ਚਾਹੁੰਦੇ ਸੀ ਮੁਗਲ ਇਹਨੂੰ, ਪਰ ਇਹ ਆਜ਼ਾਦ ਹੋ ਕੇ ਰਹੀ ਸੰਸਾਰ ਤੇ, ਪੱਗ ਤੇ ਚੁੰਨੀ ਸਦਾ ਸ਼ਾਨ ਹੈ ਪੰਜਾਬੀਆਂ ਦੇ, ਵੱਖਰੀ ਪਹਿਚਾਨ ਹੁੰਦੇ ਭਾਰੂ ਕਈ ਹਜ਼ਾਰ ਤੇ, ਕੋਕਰੀ ਸ਼ਰਾਰਤਾਂ ਜਹਾਨ ਕਰੇ ਇਸ ਨਾਲ, ਦੀਪਕ ਗੁਰੀਲੇ ਵਾਰ ਹੁੰਦੇ ਸਰਦਾਰ ਤੇ, ਹੁੰਦੀ ਚੁੰਨੀ ਵਾਲੀ ਭੈਣ ਸਰਦਾਰਨੀ, ਜੱਗ ਜਾਣੇ ਪੱਗ ਵਾਲੇ ਸਰਦਾਰ ਨੂੰ, ਢਾਡੀ ਜਥਾ ਇਹਨਾਂ ਬੋਲਾਂ ਨੂੰ ਗਾ ਕੇ ਆਪਣੀ ਸੇਵਾ 'ਚ ਬੇਨਤੀ ਇਉਂ ਕਰ ਰਿਹਾ ਹੈ। ਸਾਰੀ ਦੁਨੀਆ ਤੋਂ ਮਾਨੇ ਕੋਲੋਂ ਡਰਦੀ, ਸਭ ਸੁਣ ਸਾਰ
ਪਰ ਹੱਦ ਚਮਕਾਰ ਦੇ ਜੋਰ ਜਾਨਵਾ ਹਕੂਮਤ ਨੇ ਡਾਲਿਆ ਜੋਰ ਜਾਨਵਾ ਨੇ ਜਾਨਵਾ ਹਕੂਮਤ ਨੇ ਡਾਲਿਆ ਸਦਾ ਕੁੰਡੇ ਕਿੱਤੇ ਸਿੰਘਾਂ ਦਰਬਾਰ ਨੂੰ ਉਂਦੀ ਚੁੰਨੀ ਵਾਲੀ ਪੈਣ ਸਰਦਾਰਨੀ ਜੱਗ ਜਾਣੇ ਪੱਗ ਵਾਲੇ ਸਰਦਾਰ ਨੂੰ ਉਂਦੀ ਚੁੰਨੀ ਵਾਲੀ ਪੈਣ ਸਰਦਾਰਨੀ ਜੱਗ ਜਾਣੇ ਪੱਗ ਵਾਲੇ ਸਰਦਾਰ ਨੂੰ ਪਛਾਣ ਹੋਵੇ ਇੱਕ ਤੇਰੀ ਬੜਾ ਫਕਰਾ ਲਿਬਾਸ ਹੈ ਜਹਾਨ ਤੋਂ ਹਰ ਥਰ ਚਰਵਾਣ ਵਿੱਚ ਕੰਬਦੇ ਖੌਫ ਖਦੇ ਰਾਏ ਸਿੱਖੀ ਦੇ ਨਿਸ਼ਾਨ ਤੋਂ ਹਰ ਥਰ ਚਰਵਾਣ ਵਿੱਚ ਕੰਬਦੇ ਖੌਫ ਖਦੇ ਰਾਏ ਸਿੱਖੀ ਦੇ ਨਿਸ਼ਾਨ ਤੋਂ ਦਸਤਾਰ ਤੇ ਸਿਰ ਉੱਪਰ ਅੱਖ ਰਲ ਕੇ ਸਰਦਾਰੀਆਂ ਗੱਦੀ ਪਖੂਣ ਹੈ ਪੰਜਾਬੀਆਂ ਦਾ ਥੱਲਿਆ ਨੀਹਾਂ ਵਿੱਚ ਕਾਰਬਾਨੀ ਦਿੱਤੀ ਖੜ ਕੇ ਤਾਂ ਹੀ ਚੰਗਾ ਹੈ ਜਗਤ ਵਿੱਚ ਚੁੱਲਿਆ ਨੀਹਾਂ ਵਿੱਚ ਕਾਰਬਾਨੀ ਦਿੱਤੀ ਖੜ ਕੇ ਤਾਂ ਹੀ ਚੰਗਾ ਹੈ ਜਗਤ ਵਿੱਚ ਚੁੱਲਿਆ ਜਗ ਜਾਣੇ ਪੱਗ ਵਾਲੇ ਸਰਦਾਰ ਜਗ ਜਾਣੇ।